हेलो, सत श्रीकाल जी सारे। अज डॉग डिलीवरी करन चले आ हस्की। ठीक है, एक हुंदा वुली कोट, उतो घट जिहड़ा कोट हुंदा कि उहनू कह दिंदे आपां स्टैंडर्ड कोट, एक उतो थोड़ा रेयर थोड़ा जिहा माइनर जिहा घट हुंदा वा उहनू कह दिंदे आ आपां सैमी स्टैंडर्ड कोट। उह कोट 'च अज पप्पी आ सुत्ता हुण, उह हस्की मेल डिलीवरी करन चले। वीर ने यूके तों टोकन पाया सी ਅਤੇ ਉਹਨਾਂ ਦਾ ਪਿੰਡ ਆ ਇੱਧਰ ਬਟਾਲੇ ਲਾਗੇ ਛਾਪੇ ਵਾਲੀ, ਉੱਥੇ ਡਿਲੀਵਰੀ ਕਰਨ ਚੱਲੇ ਹਾਂ। ਉੱਥੋਂ ਦਾ ਆ ਵੀਰ, ਮੈਂ ਇੱਕੋ ਮਿੰਟ ਟੋਕੀ ਵਿਖਾਉਂਦਾ ਤੁਹਾਨੂੰ ਸਾਰਿਆਂ ਨੂੰ। ਆਹ ਦੇਖੋ ਮਾਰਕਿੰਗ ਵਾਲਾ ਬਲਿਊ ਆਈਜ਼ ਮੇਲ ਆ, ਅਤੇ ਬਹੁਤ ਪਿਆਰਾ ਬੱਚਾ ਆ। ਇਹਨੂੰ ਮਾਰਕਿੰਗ ਕਹਿੰਦੇ ਆ, ਜਿਹੜੇ ਇਹਦੇ ਇੱਥੇ ਬਣਿਆ ਹੁੰਦਾ ਨਾ, ਇਹਨੂੰ ਮਾਰਕਿੰਗ ਕਹਿ ਦਿੰਦੇ ਆਪਾਂ। ਅਤੇ ਮਾਰਕਿੰਗ ਵਾਲੇ ਬੱਚੇ ਦਾ ਹਮੇਸ਼ਾ ਰੇਟ ਜ਼ਿਆਦਾ ਹੁੰਦਾ, ਜਿਹੜਾ ਵਿਦਾਊਟ ਮਾਰਕਿੰਗ ਹੁੰਦਾ। ਜਿਸ ਤਰ੍ਹਾਂ ਜਿਹਦਾ ਮੱਥਾ ਹੀ ਵਾਈਟ ਜਿਹਾ ਹੋਵੇ ਜਾਂ ਹੈ ਨਾ ਪਿਓਰ ਕੁਆਲਿਟੀ ਨਾ ਹੋਵੇ, ਅਤੇ ਉਹ ਆ ਵੇਖੋ ਇਹ ਇਰੈਕਟ ਏਅਰ ਆ, ਮਤਲਬ ਕੰਨ ਖੜ੍ਹੇ ਆ ਇਹਦੇ। ਪ੍ਰੋਪਰ ਕੁਆਲਿਟੀ ਡਿਲੀਵਰੀ ਕਰਨ ਚੱਲੇ ਹਾਂ, ਅਤੇ ਬਹੁਤ ਪਿਆਰਾ ਬੱਚਾ ਆ। ਬਾਕੀ ਵੇਖੋ ਵਲੌਗ ਸ਼ਤਾਨ ਬੜਾ ਯਾਰ ਇਹ, ਕੋਈ ਨਾ ਕੋਈ ਟੁੱਕਣ ਨੂੰ ਹੀ ਪੈਂਦਾ ਕਿ ਮੈਂ ਟੁੱਕ ਲਾਂ। ਅਸੀਂ ਦੋਵੇਂ ਜਾਣੇ ਫਿਰ ਹੁਣ ਦੇਣ ਚੱਲੇ ਹਾਂ, ਬਟਾਲੇ ਲਾਗੇ ਪਹੁੰਚ ਗਏ, ਥੋੜ੍ਹਾ ਹੀ ਰਹਿ ਗਿਆ ਇੱਥੋਂ ਫਿਲਡ। ਆਈਸ ਚੈੱਕ ਕਰੋ, ਪ੍ਰੋਪਰ ਬਲਿਊ ਆਏ ਨਹੀਂ ਕਿ ਕਲਰ ਹੋਰ ਕਿਸੇ ਨਾਲ ਮਿਕਸਚਰ ਹੋਵੇ ਅਤੇ ਆਪਾਂ ਦੇ ਦਈਏ ਬਲਿਊ ਆਈਜ਼ ਕਹਿ ਕੇ। ਪ੍ਰੋਪਰ ਮੈਂ ਇੱਕ ਵੀਡੀਓ ਬਣਾਉਂਦਾ ਇਹਦੀ, ਬੱਚੇ ਦੀ, ਮੈਂ ਉਹ ਵੀ ਪਾਉਂਦਾ ਐਡ ਔਨ ਕਰ ਦੂੰਗਾ। ਇਹ ਹੁਣ ਹੋਰ ਅੱਧੇ ਘੰਟੇ 15-20 ਮਿੰਟਾਂ 'ਚ ਆਪਾਂ ਡਿਲੀਵਰੀ ਕਰ ਦਿੰਦੀ ਹਾਂ ਅੱਜ ਉਹਨਾਂ ਘਰ। ਅਤੇ ਬਾਕੀ ਮੇਰਾ ਭਰਾ ਚੈਨਲ ਨੂੰ ਸਪੋਰਟ ਕਰਿਓ। ਉਹ ਜੀ ਡੋਗੀ ਪਹੁੰਚਣ ਲੱਗਾ ਆਪਣੇ ਪਿੰਡ, ਜਿੱਥੇ ਉਹ ਪਿੰਡ ਆ ਛਾਪੇ ਵਾਲੀ। ਅਤੇ ਇਹ ਡੇਰੇ 'ਤੇ ਰਹਿੰਦੇ ਅੰਕਲ ਜੀ ਹੋਣੀ, ਉਹਨਾਂ ਨਾਲ ਹੁਣੇ ਫੋਨ 'ਤੇ ਗੱਲ ਹੋਈ, ਉਹ ਕਹਿੰਦੇ ਕੋਈ ਨਹੀਂ ਤੁਸੀਂ ਆ ਜਾਓ। ਅਤੇ ਉਹਨਾਂ ਨੂੰ ਡੇਰੇ 'ਤੇ ਮਤਲਬ ਇਹਨਾਂ ਦੇ ਘਰ ਬੱਚਾ ਫੜਾ ਕੇ ਉਹਨਾਂ ਨੂੰ ਸਾਰੀ ਡਾਇਟ ਵਗੈਰਾ ਦੱਸ ਕੇ ਫਿਰ ਵਲੌਗ ਓਵਰ ਕਰ ਦੇਣਾ। ਅੱਜ ਸੱਚ ਬਲੈਕ ਕਾਈਟ ਅੱਜ ਡਾ ਦੇਣੀ, ਕੱਲ੍ਹ ਵੀ ਡਾਈ ਨਹੀਂ ਗਈ, ਕੱਲ੍ਹ ਦੇ ਵੇਟ ਕਰਨੇ ਇੱਧਰ ਰਾਈਟ ਸਾਈਡ, ਕੱਲ੍ਹ ਦੇ ਵੇਟ ਕਰਨੇ ਹਾਂ ਵੀ ਹੈ ਨਾ ਵੀ ਡਾ ਦਈਏ। ਕੱਲ੍ਹ ਮੌਸਮ ਖਰਾਬ ਹੋ ਗਿਆ ਉੱਦਾਂ ਦਾ, ਅੱਜ ਹੁਣ ਠੀਕ ਹੈ ਸਾਰਾ। ਅੱਜ ਫਿਰ ਬਲੈਕ ਕਾਈਟ ਵੀ ਡਾ ਦਾਂਗੇ, ਆ ਵੀ ਡਿਲੀਵਰੀ ਕਰ ਦਾਂਗੇ, ਇੱਕੋ ਵਲੌਗ 'ਚ ਪਾ ਦਾਂਗੇ ਸਾਰਾ ਕੁਛ। ਲਓ ਜੀ ਡੋਗ ਕਰਤਾ ਡਿਲੀਵਰ, ਅਤੇ ਆ ਉਹਨਾਂ ਦਾ ਘਰ ਜਿਹਨਾਂ ਵੀਰ ਨੇ ਕਰਾਇਆ ਸੀ ਬੁੱਕ। ਅੰਕਲ ਦੇ ਆਂਟੀ ਜੀ ਰਹਿੰਦੇ, ਉਹਨਾਂ ਦੀ ਮਤਲਬ ਸੇਫਟੀ ਵਾਸਤੇ ਉਹਨਾਂ ਦੇ ਬੱਚੇ ਨੇ ਬੁੱਕ ਕਰਾਇਆ ਸੀ, ਅਤੇ ਡੋਗੀ ਦੇ ਦਿੱਤਾ ਆ। ਅਤੇ ਕੀ ਇਹਨਾਂ ਨੂੰ ਕਹਿੰਦੇ ਸਮਝਾ ਦਿੰਦਾ ਹੁੰਦਾ ਮੈਂ ਨਾਲ ਹੀ ਸਾਰਾ ਕੁਝ, ਹੈ ਨਾ, ਕਿਉਂਕਿ ਆਪਣਾ ਕਿਹੜਾ ਸਿਰਫ ਡੋਗ ਤੱਕ ਹੀ ਸੀਮਿਤ ਆ। ਇਹ ਵੀ ਨਾਲ ਦੱਸ ਦਈਦਾ ਕੀ ਚੀਜ਼ ਪਾਉਣੀ, ਜਾਂ ਹਨੇਰੇ ਸਵੇਰੇ ਕੋਈ ਗਲਤ ਚੀਜ਼ ਖਾ ਲੈਂਦਾ ਜਾਂ ਕਿਤਰਾ, ਤੁਸੀਂ ਪੁੱਛ ਲਿਓ ਜਿਹੜੀ ਚੀਜ਼। ਅਤੇ ਹੁਣ ਆਪਾਂ ਚੱਲੇ ਵਾਪਸ, ਅਤੇ ਬਾਕੀ ਧੰਨਵਾਦ ਸਾਰਿਆਂ ਦਾ। ਆਹ ਵਲੌਗ ਇੱਥੇ ਹੀ ਓਵਰ।